ਉਹਨੇ ਜੰਨਤ ਆ ਰਹੇ, ਨਬੀ ਦੀ ਬੇਟੀ ਆ ਰਹੇ, ਸਭ ਅੰਬੀਆ ਸਾਰਿਆਂ ਦੀਆਂ ਗਰਦਨਾਂ ਝੁਕ ਜਾ ਸਨ ਕਿ ਮਾਈ ਸਾਹਿਬ ਆਏ ਬਸ। ਜਦੋਂ ਮਾਈ ਸਾਹਿਬ ਆਪ ਸਨ, ਬਿਸਮਿਲਾ, ਮਾਈ ਸਾਹਿਬ ਜਦੋਂ ਆਪ ਸਨ ਤੇ ਸਿੱਧਾ ਕਹੋ ਸੀ ਅਲਾ, ਮਾਈ ਸਾਹਿਬ ਜਦੋਂ ਆਪ ਸਨ ਤੇ ਪਾਇਆ ਪਕੜ ਕਰ ਅਰਸ਼ ਕਰ ਜ਼ਹਰਾ ਨੇ ਯੂੰ ਕਹਾ। ਉਸ ਵਕਤ ਖਾਤੂ ਨੇ ਜੰਨਤ ਤੁਸਨ ਤੇ ਆਸਨ ਆ, ਜਿਹੜੀ ਇਤਨੀਆਂ ਗੁਨਾ ਨੇ ਅੰਦਰ ਇਤਨੇ ਡੁੱਬੇ ਵੇ ਆ ਕਿ ਅਸੀਂ ਪਤਾ ਹੀ ਨਹੀਂ ਕਿ ਪੰਜ ਤਨ ਪਾਕ ਹੈ ਕਿ। ਉਸ ਵਕਤ ਜਾਈ ਤੇ ਕਰਬਲਾ ਨੇ ਪੂਰੇ ਮੰਜ਼ਰ ਨਾ ਬਦਲਾ, ਰੱਬੇ ਲਾਲਾਮੀਨ ਕੇ ਤਖਤ ਕੀ ਪਕੜ ਕੇ ਪਾਇਆ ਪਕੜ ਕਰ ਅਰਸ਼ ਕਾ ਜ਼ਹਰਾ ਨੇ ਯੂੰ ਕਹਾ। ਉੱਥੇ ਜਾਈ ਤਾਂ ਫਰਮਾਸਨ ਕਿ ਐ ਅੱਲਾ, ਕਰਬਲਾ ਨੇ ਅੰਦਰ ਮੇਰੇ ਵਾਲਦ ਨੇ, ਮੇਰੇ ਜਿਤਨੀ ਆਲ ਔਲਾਦ ਹੈ, ਇਸ ਜਿਹੜੀਆਂ ਕੁਰਬਾਨੀਆਂ ਨਾਲ ਸਦਕਾ ਕਰਕੇ ਇਹ ਜਿਹੜਾ ਮਖਲੂਕ ਏ ਖੁਦਾ ਹੈ, ਇਹ ਤੁਹਾਡੀ ਜਿਹੜੀ ਮਖਲੂ ਹੋਈ ਸੀ, ਗੁਨਾਹਗਾਰ ਜਿਹੜੇ ਹਨ, ਬੁੱਢਿਆਂ ਨਾਲ ਬਦਲਾ ਬੁੱਢਿਆਂ ਕੀ ਦਾ, ਜਵਾਨਾਂ ਨਾਲ ਬਦਲਾ ਜਵਾਨਾਂ ਕੀ ਦਾ, ਮਾਸੂਮਾਂ ਨਾਲ ਸਦਕਾ ਕਰਕੇ ਬਖਸ਼ ਦੇ। ਤੇ ਜਿਸ ਦੀ ਖਾਤਰ ਸਾਰੀ ਕਾਇਨਾਤ ਨਿਗਾਹਾਂ ਝੁਕਾ ਸੀ, ਤਾਂ ਉਸੀ ਮੈਂ ਵੀ ਹੋਸਾਂ, ਖਾਲਕ ਵੀ ਹੋਸਨ, ਸਦੀਕ ਸਾਹਿਬ ਵੀ ਹੋਸਨ, ਉਸੀ 'ਚ ਮੰਨਣ ਵਾਲੇ ਤਾਂ ਨਾ ਮੰਨਣ ਵਾਲੇ ਵੀ ਸਾਰੇ ਉੱਥੇ ਬੈਠੇ ਨੇ ਹੋਸਨ। ਤਾਂ ਸਵਾ ਨੇਜ਼ੇਪੁਰ ਸੂਰਜ ਹੋ ਸੀ, ਤਾਂ ਉੱਥੇ ਇਮਾਮ ਆਲੀ ਮਕਾਮ ਨਾ ਹੋ ਉਸ ਬਿਆਨ ਫਰਮਾਨੇ ਕਿ ਉੱਥੇ ਜਾਈ ਇਤਨਾ ਵਾਕਿਆ ਤੁਰਨ ਦੇ ਬਾਅਦ, ਉਸ ਤੋਂ ਬਾਅਦ ਤੁਸਾਂ ਤਾਂ ਗਹਿ ਲਈਏ ਤਾਂ ਗਮ ਕੋਟੀਏ ਤਾਂ ਢੱਕੀਏ ਤਾਂ ਬਲੋਚੀਏ। ਆਹ ਜਿਹੜੇ ਲੋਕ ਆ, ਅਸਾਂ ਇਹਨਾਂ ਪਹਾੜਾਂ ਵਿੱਚ ਵਸਣੀਆਂ ਲੱਗਣ, ਮਹਿਸ਼ਰ ਨੇ ਮੈਦਾਨ ਜਦੋਂ ਤਪਤੀ ਰੇਤ ਹੋ ਸੀ, ਤਾਂ ਉੱਥੇ ਇਮਾਮ ਆਲੀ ਮੁਕਾਮ ਆਪਣੇ ਖੂਨ ਨੇ ਰੰਗੇ ਨੇ ਕੁਰਤੇ ਕੀ ਨਿਦਾ ਅਫਸਰ, ਤਾਂ ਉੱਥੇ ਕਿਹਾ ਅਕਸਰ ਹਮਾਰੇ ਖੂਨ ਕੇ ਬਦਲੇ ਮੈਂ ਉਮਤ ਬਖਸ਼ ਦੇ ਯਾ ਰੱਬ। ਆਖੋ ਸੁਭਾਨ ਅੱਲਾਹ, ਹਮਾਰੇ ਖੂਨ ਕੇ ਬਦਲੇ ਮੈਂ ਉਮਤ ਬਖਸ਼ ਦੇ ਯਾ ਰੱਬ, ਹਮਾਰੇ ਖੂਨ ਕੇ ਬਦਲੇ ਮੈਂ ਉਮਤ ਬਖਸ਼ ਦੇ ਯਾ ਰੱਬ, ਯੇ ਉਮਤ ਬਖਸ਼ ਦੇ ਯਾ ਰੱਬ, ਯੇ ਉਮਤ ਬਖਸ਼ ਦੇ ਯਾ ਰੱਬ, ਯੇ ਉਮਤ ਬਖਸ਼ ਦੇ ਯਾ ਰੱਬ। ਖੁਦਾ ਸੇ ਹਸ਼ਰ ਮੇ ਯੇ ਇਲਤਜਾ ਸ਼ਬੀਰ ਕੀ ਹੋਗੀ, ਖੁਦਾ ਸੇ ਹਸ਼ਰ ਮੇ ਯੇ ਇਲਤਜਾ ਸ਼ਬੀਰ ਕੀ ਹੋਗੀ, ਲੁੱਟੀ ਹੈ ਜੈਸੇ ਦੁਨੀਆ ਕਰਬਲਾ ਮੇ ਇਬਨੇ ਹੈਦਰ ਕੀ, ਲੁੱਟੀ ਹੈ ਜੈਸੇ ਦੁਨੀਆ ਕਰਬਲਾ ਮੇ ਇਬਨੇ ਹੈਦਰ ਕੀ, ਕਿਸੀ ਮਜ਼ਲੂਮ ਕੀ ਦੁਨੀਆ, ਕਿਸੀ ਮਜ਼ਲੂਮ ਕੀ ਦੁਨੀਆ ਨਾ ਦੁਨੀਆ ਮੈਂ ਲੁੱਟੀ ਹੋਗੀ, ਕਿਸੀ ਮਜ਼ਲੂਮ ਕੀ ਦੁਨੀਆ ਨਾ ਦੁਨੀਆ ਮੈਂ ਲੁੱਟੀ ਹੋਗੀ, ਕਿਸੀ ਮਜ਼ਲੂਮ ਕੀ ਦੁਨੀਆ ਨਾ ਦੁਨੀਆ ਮੈਂ ਲੁੱਟੀ ਹੋਗੀ। ਆਖੋ ਸੁਭਾਨ ਅੱਲਾਹ ਸਾਰੇ।